सारों प्यार भरी सत श्री अकाल अपने चैनल विच ढिल्लों फार्म हाउस। चल जी आप करते हैं अज दा व्लॉग नू स्टार्ट। अज अपने हैगे 7 तरीक ते अज तो आप नवे व्लॉग स्टार्ट कर रहे हैं जी, डेली बेसिस ते डेली रूटीन दिखाने वाले। सो अज आप दिखाने वे जी पूरे दिन दी विच अज की कुछ किया। सो अपना हैगा सवेर दा टाइम 8 बज चुके ने जी। चल जी हुण आप तुहानू दिखाने वी आप अज की करते हैं सवेरे। गोभी लावांगे, मूलियां, गाजरां, गोभी, मटर, साग, धनिया, पालक, मेथी, हाँ जी पका लेने जी, कोई ना बस कड़ी हो जाए ना, तड़की जाए। नहीं नहीं कट करके आए जी गैस, हो आ गई नवू। किथे चले जानी आ दबा दे किन्ने जोर ना खिंचना पैदा फिर पड़ती है। ਕਿਵੇਂ ਝਾਂਗ ਬਣਿਆ ਪਿਆ ਸੱਟਾ ਖਾਣ ਨੂੰ ਜੀ ਕੋ ਕਰੀ ਜਾਂਦਾ ਤੂੰ ਕੰਮ ਕਿਵੇਂ ਝਾਂਗ ਬਣਿਆ ਪਿਆ ਆ ਹੁਣ ਕਿਵੇਂ ਚੱਕੇਂਗੇ ਉਹ ਹਾਏ ਕਿੰਨਾ ਝਾਂਗ ਇਹਨੂੰ ਔਲੇ ਲੱਗਦੇ ਨੇ ਉਹਨੂੰ ਬਿੱਲ ਕੀ ਲੈ ਕੇ ਆਉਣਾ ਕੁਹਾੜੀ ਲੈ ਕੇ ਆ ਤੁਹਾਡੇ ਘਰ ਤੋਂ ਕੁਹਾੜੀ ਲੈ ਕੇ ਆ ਤੁਹਾਡੇ ਘਰ ਤੋਂ ਕੁਹਾੜੀ ਲੈ ਕੇ ਆ ਮੰਮਾ ਤੋਂ ਟਾਕੂਆ ਨਬੂਆ ਫੋਨ ਤੇ ਮੈਂ ਵੀਡੀਓ ਬਿੱਲ ਆ ਦੇਖ ਕਿੰਨਾ ਬਿੱਲ ਲੱਗਦੇ ਨੇ ਖਾਂਦਾ ਕੋਈ ਇਹਨੂੰ ਸੇਕ ਬਣਾ ਕੇ ਬਹੁਤ ਵਧੀਆ ਨੀ ਪੰਜੀਰੀਆਂ ਚ ਪਾਉਂਦੇ ਨੇ ਬਿੱਲ ਸੇ ਬਿੱਲ ਗੁੱਦ
ਆਦੇ ਔਲੇ ਲੱਗੇ ਐਤਕੀ ਘੱਟ ਨੇ ਅੱਗੇ ਬਹੁਤ ਭਰਿਆ ਹੁੰਦਾ ਸੀ ਇਹ ਔਲਿਆਂ ਦਾ ਬਹੁਤ ਜ਼ਿਆਦਾ ਘੱਟ ਨੇ ਤਿੰਨ ਬਿੱਲ ਨੇ ਤਿੰਨ ਇਹ 'ਚ ਜ਼ਿਆਦਾ ਉਹ ਨੇ ਨਾ ਕੰਡੇ ਜ਼ਿਆਦਾ ਨੇ ਲੱਗਦੇ ਨੇ ਹੱਥ ਪਾੜ ਦਿੰਦੇ ਨੇ ਹੈਨੀ ਹੱਥਾਂ 'ਤੇ ਕੋਈ ਚੀਜ਼ ਚੜ੍ਹਾਉਣੀ ਚਾਹੀਦੀ ਆ ਵਿੱਚ ਨੂੰ ਲੰਘ ਜਾਂਦਾ ਅੱਛਾ ਸਾਡਾ ਟਿੰਕੂ ਬੈਗ ਬੂਗ ਚੱਕ ਕੇ ਲੈ ਕੇ ਆਇਆ ਤਾਂ ਪਕਵਾੜੀ ਲੈ ਕੇ ਆਈ ਚਾਰ ਬੀਜ ਨੀ ਲਾਏ ਹੈਗੇ ਨੇ ਨਾ ਊਂ ਤਾਂ ਲਾਈ ਗਈ ਥੋੜੇ ਜਿਹਾ ਚ ਲਾਏ ਨੇ ਜਾਣੀ ਖਾਣ ਜੋਗੀ ਹੋ ਗਈ ਇਹ ਵੀ ਸਾਡੀ ਮੈਂ ਵੀ ਲਾਏ ਤੀ ਮੂਲੀਆਂ ਹੁਣ ਹੋਰ ਕਦ ਲਾਉਣੇ ਨੇ ਉਹ ਕਹਿੰਦੀ ਦਰਸ਼ਨੀ ਮੰਮੀ ਕਹਿੰਦੀ ਸੇਮ ਨਾਲੇ ਤੋਂ ਲਿਆਵੋ ਉਹਦੀ ਪਨੀਰੀ ਜਿਹੜੇ ਪੱਟ ਕੇ ਦੇ ਦਿੰਦੇ ਨੇ ਗੋਭੀ ਦੀ ਧਣੀਆਂ ਧੁਣੀਆਂ ਤਾਂ ਹੋਣਾ ਨਹੀਂ ਹਲੇ ਗਰਮੈਸ ਆ ਨਾ ਲਾਊ ਲਿਆਣੇ ਨੇ ਉਹਨੇ ਜਾਣਾ ਲੈਣ ਜਾਣਾ ਪਤਾ ਨਹੀਂ ਕਿੱਥੇ ਜਾਊਗਾ ਐਂ ਨਹੀਂ ਪਤਾ ਮਨੇਰਕੋਟ ਵਾਲੇ ਚੜੂਗੀ ਉਹ ਕਿ ਮੇਰੀ ਭੈਣ ਪਟਿਆਲੇ ਤੋਂ ਲੈ ਕੇ ਆਊ ਕਹਿੰਦੀ ਗੋਭੀ ਤਾਂ ਉੱਥੋਂ ਲੈ ਕੇ ਆਵਾਂਗੇ ਸੇਮ ਨਾਲੇ ਤੋਂ ਕਿਹੜਾ ਕਿ ਆਪਾਂ ਨੇ ਇੱਕ ਹੋਰ ਗੋਭੀ ਲਾਈ ਸੀ ਹੈ ਨਹੀਂ ਗੱਠ ਉਹ ਕਹਿੰਦੇ ਬਹੁਤ ਵਧੀਆ ਬਣਦੀ ਆ ਆਪਾਂ ਉਹ ਵੀ ਲਾ ਲਾਂਗੇ ਥੋੜ੍ਹੀ ਜਿਹੀ ਆਲੂ ਵੀ ਲਾਵਾਂਗੇ ਇੱਕ ਦੋ ਵੱਟ ਨਾਲੇ ਕਿੰਨੇ ਇਹਨਾਂ ਨੂੰ ਕੰਡੇ ਵੀ ਬਹੁਤ ਜ਼ਿਆਦਾ ਹੁੰਦੇ ਨੇ ਚੱਕਣਾ ਵੀ ਔਖਾ ਹੈ ਇਹਨਾਂ ਦਾ ਤਾਂ ਇਹਨਾਂ ਨੂੰ ਫਿਰ ਅੱਗ ਲਾਏਂਗੇ ਉਹ ਨਬੂ ਗੇੜੇ ਦਿੰਦੀ ਆ ਸਾਈਕਲ 'ਤੇ ਸ਼ਾਮ ਦਾ ਟਾਈਮ ਹੋ ਗਿਆ ਆਪਣਾ 5:30 ਹੋ ਗਏ ਅਤੇ ਹੁਣ ਆਪਾਂ ਲਾ ਰਹੇ ਗੋਭੀ ਨੂੰ ਤੜਕਾ ਆਪਾਂ ਗੋਭੀ ਦੇ ਦੋ ਫੁੱਲੇ ਸੀਗੇ ਬੜੇ ਬੜੇ ਤਾਂ ਉਹਨਾਂ ਨੂੰ ਕੱਟ ਕੇ ਹੁਣ ਆਪਾਂ ਪਾਣੀ 'ਚ ਘਰ ਉਬਾਲੇ ਦੇਣੇ ਕਿਉਂਕਿ ਨਾ ਇਸ ਮਤਲਬ ਵੀ ਬੇਟਾਈਮੀ ਗੋਭੀ ਹੁੰਦੀ ਹੈ ਜੀ ਅਤੇ ਫਿਰ ਸ਼ਾਮ ਦਾ ਟਾਈਮ ਹੋ ਗਿਆ ਆਪਣਾ ਮੈਨੂੰ ਲੱਗਦਾ 5:30 ਵੱਜ ਗਏ ਅਤੇ ਆਪਾਂ ਹੁਣ ਲਾ ਲਏ ਆਪਣੀ ਸਬਜ਼ੀ ਨੂੰ ਤੜਕਾ ਅਤੇ ਆਪਾਂ ਗੋਭੀ ਦੋ ਫੁੱਲ ਗੋਭੀ ਦੇ ਕੱਟ ਰਹੇ ਸੀਗੇ ਅਤੇ ਇੱਕ ਫੁੱਲ ਰਹਿ ਗਿਆ ਆਪਾਂ ਦੇਖਦੇ ਹਾਂ ਕੱਲ੍ਹ ਨੂੰ ਜਾਂ ਪਰਸੋਂ ਨੂੰ ਪਕੌੜੇ ਵਗੈਰਾ ਬਣਾ ਲਾਂਗੇ ਜਾਂ ਕੁਛ ਹੋਰ ਕਰ ਲਾਂਗੇ ਜਾਂ ਰੋਟੀਆਂ 'ਚ ਬਣਾ ਕੇ ਪਾ ਲਾਂਗੇ ਅਤੇ ਦੋ ਫੁੱਲ ਆਪਾਂ ਕੱਟ ਕੇ ਆਪਾਂ ਪਾਣੀ 'ਚ ਉਬਾਲੀ ਹਮੇਸ਼ਾ ਦਿੰਦੇ ਹਾਂ ਠੀਕ ਰਹਿੰਦੀ ਆ ਪਾਣੀ 'ਚ ਉਬਲਣ 'ਤੇ ਸਬਜ਼ੀ ਛੇਤੀ ਬਣ ਜਾਂਦੀ ਆ ਅਤੇ ਦੂਜੀ ਗੱਲ ਜੇ ਮਤਲਬ ਇਹਦੇ ਵਿੱਚ ਕੋਈ ਵੀ ਉਹ ਹੁੰਦੇ ਨੇ ਕੀਟਾਣੂ ਵਗੈਰਾ ਫਿਰ ਉਹ ਵੀ ਨਾ ਗਰਮ ਪਾਣੀ ਵੀ ਚਲੋ ਵਾਸ਼ ਹੋ ਜਾਂਦੇ ਨੇ ਅਤੇ ਆਪਾਂ ਇੱਧਰ ਆਪਣਾ ਉਹ ਕਰਦੇ ਹਾਂ ਤੇਲ ਪਾਉਂਦੇ ਹਾਂ ਦੁਪਹਿਰੇ ਆਪਾਂ ਨੇ ਫਰੈਂਚ ਫਰਾਈਜ਼ ਬਣਾ ਲਏ ਸੀਗੇ ਅਤੇ ਵੀਰਾ ਸਮਾਈਲਾਂ ਲਈ ਸਮਾਈਲਸ ਲਿਆਇਆ ਸੀਗਾ ਉਹ ਵੀ ਬਣਾ ਲਏ ਸੀਗੇ ਤਾਂ ਕਰਕੇ ਆਪਣਾ ਜਿਹੜਾ ਸਰੋਂ ਦਾ ਤੇਲ ਆਪਣਾ ਕੜਿਆ ਪਿਆ ਹੁਣ ਬਸ ਆਪਾਂ ਇਹ 'ਚ ਪਾ ਕੇ ਆਪਣਾ ਉਹ ਲਸਣ ਅਤੇ ਗੱਠਾ ਪਾ ਕੇ ਆਪਣਾ ਤੜਕਾ ਲਾ ਲੈਂਦੇ ਹਾਂ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਸਾਨੂੰ ਅੱਗੇ ਦੱਸੋ ਵੀ ਅਸੀਂ ਕਿਸ ਚੀਜ਼ ਦੇ ਉੱਤੇ ਇਹਦਾ ਵੀਡੀਓਜ਼ ਪਾਈਏ ਚਲੋ ਜੀ ਹੁਣ ਮੈਂ ਲਾਉਂਦੀ ਹਾਂ ਤੜਕਾ
चलो जी अपनी सब्जी हो गई है तैयार, तो हूँ आप करते अपनी वीडियो ने इतनी एंड।